ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਨਵਜੀਤ ਹਾਜ਼ਰਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਹਰ ਰੋਜ਼ੀ ਤਰ੍ਹਾਂ ਪੰਨੂ ਸਾਹਿਬ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਕਰਦੇ ਖਬਰਾਂ ਤੇ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਵਜੀਤ ਜੀ ਸ਼ੁਕਰੀਆ ਪੰਨੂ ਸਾਹਿਬ ਅੱਜ ਸਵੇਰੇ ਇੱਕ ਮਾੜੀ ਖਬਰ ਆਈ ਹੈ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਚੋਣ ਪ੍ਰਚਾਰ ਦੇ ਦੌਰਾਨ ਪ੍ਰਚਾਰ ਕਰ ਰਹੇ ਸੀਗੇ ਕਿਵੇਂ ਦੇਖਦੇ ਆ ਇਸ ਘਟਨਾ ਨੂੰ ਦੇਖੋ ਨਵਜੀਤ ਜੀ ਸਾਰੀ ਦੁਨੀਆ ਦੇ ਅਸੀਂ ਅਮਰੀਕਾ ਦੇ ਗਨ ਕਲਚਰ ਦੀ ਆਮ ਗੱਲ ਕਰੀ ਜਾਂਦੇ ਆ। ਇਦਾਂ ਦੀਆਂ ਘਟਨਾਵਾਂ ਤਾਂ ਇੰਗਲੈਂਡ 'ਚ ਵੀ ਵਾਪਰੀਆਂ। ਜੀ। ਫਰਾਂਸ ਵਿੱਚ ਵੀ ਕਈ ਹੋਰ ਦੇਸ਼ਾਂ 'ਚ ਵੀ ਵਾਪਰੀਆਂ ਨੇ। ਜਾਪਾਨ ਵਿੱਚ ਬਹੁਤ ਘੱਟ ਕਦੇ ਵਾਪਰਦੀ। ਹੁਣ ਉਹਨਾਂ ਦਾ ਸਾਬਕਾ ਪ੍ਰਧਾਨ ਮੰਤਰੀ ਸਟੇਜ ਦੇ ਉੱਤੇ ਭਾਸ਼ਣ ਕਰਦਾ ਪਿਆ ਚੋਣ ਦਾ ਮੌਕਾ। ਅਚਾਨਕ ਇੱਕ ਬੰਦਾ ਆਉਂਦਾ ਜੋ ਪਤਾ ਲੱਗਾ ਕਿ ਉਹਦੀ ਜਿਹੜੀ ਗਨ ਸੀ ਉਹ ਕੈਮਰੇ ਦੇ ਰੂਪ ਸੀ। ਜਾਤਾ ਉਹ ਕੈਮਰੇ ਵਰਗੀ ਗਨ ਐ ਜਾਂ ਕੈਮਰੇ ਦਾ ਕਵਰ ਚਾੜਿਆ ਉਸ ਗਨ ਨੂੰ ਤੇ ਲਿਆਂਦੀ ਕੇ ਪਿੱਛੋਂ ਦੀ ਰਿਕਾਰਡਿੰਗ ਕਰਦਾ ਕਰਦਾ ਜਿਵੇਂ ਆਉਂਦਾ ਕੋਈ ਉਸ ਤਰ੍ਹਾਂ ਵੇਖਦਾ ਵਿਖਦਾ ਆ ਤੇ ਆ ਕੇ ਗੋਲੀ ਮਾਰ ਕੇ ਲੰਘ ਇਹ ਜਿਸ ਤਰ੍ਹਾਂ ਦਾ ਕਤਲ ਹੋਇਆ ਮਾੜੀ ਗੱਲ ਹੋਈ ਜੀ ਪਹਿਲੀ ਗੱਲ ਤਾਂ ਅਸੀਂ ਭਾਰਤੀ ਲੋਕ ਇਹ ਕਹਿ ਸਕਦੇ ਹਾਂ ਕਿ ਸ਼ੰਜੋਬ ਭਾਰਤ ਦੇ ਮਿੱਤਰਾਂ ਚੋਂ ਸੀਗਾ ਉਹਦਾ ਭਾਰਤ ਵੱਲੋਂ ਬਤੀਰਾ ਹਮੇਸ਼ਾ ਪੋਜੀਟਿਵ ਰਿਹਾ ਹਾਂ ਪਖੀ ਰਿਹਾ ਇਸ ਕਰਕੇ ਸਾਡੇ ਭਾਰਤ ਦੇ ਲੋਕਾਂ ਨੂੰ ਉਹਦਾ ਅਫਸੋਸ ਹੋ ਸਕਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿੱਜੀ ਤੌਰ ਤੇ ਵੀ ਦੋਵਾਂ ਦੀ ਇਕਵੇਸ਼ਨ ਚੰਗੀ ਬਣ ਗਈ ਸੀ ਜੀ ਇਸ ਕਰਕੇ ਨਿੱਜੀ ਦੋਸਤ ਵੀ ਕਹਿੰਦੇ ਆ ਕਿ ਮੋਦੀ ਸਾਹਿਬ ਤਾਂ ਜਿੱਥੇ ਵੀ ਜਾਣ ਹਰ ਕਿਸੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੇ ਨਿੱਜੀ ਦੋਸਤ ਬਣਾ ਲੈਂਦੇ ਆ ਉਹ ਉਹਨਾਂ ਦਾ ਨਿੱਜੀ ਮਾਮਲਾ ਡੋਨਲਡ ਟਰੰਪ ਵੀ ਉਹਨਾਂ ਦਾ ਨਿੱਜੀ ਦੋਸਤ ਸੀ ਤੇ ਜੋ ਬਾਈਡਨ ਵੀ ਨਿੱਜੀ ਦੋਸਤ ਹੈ ਜੀ ਉਹ ਇਤਨੀ ਅਸਲੀ ਹੁੰਦੇ ਅਸੀਂ ਇਹ ਦੇਖਦੇ ਆ ਕਿ ਸ਼ਿੰਜੋ ਐ ਵੀ ਵਰਗਾ ਬੰਦਾ ਇਹਦੇ ਬਾਰੇ ਮਸ਼ਹੂਰ ਸੀ ਮੈਨੂੰ ਇੱਕ ਦਿੱਲੀ ਪੱਤਰਕਾਰਾਂ ਦੇ ਇੱਕ ਗਰੁੱਪ ਵਿੱਚ ਕਿਸੇ ਨੇ ਆਖਿਆ ਕਹਿੰਦੇ ਸਿੰਜੋ ਆ ਬੇ ਹੋਮੋਪੈਥੀ ਦੀਆਂ ਗੋਲੀਆਂ ਵਰਗਾ ਜੇ ਕਿਸੇ ਦਾ ਭਲਾ ਕਰ ਸਕਦਾ ਤੇ ਕਰ ਦੋ ਨਹੀਂ ਤੇ ਕਿਸੇ ਦਾ ਵਿਗਾੜਨ ਜੋਗਾ ਨਹੀਂ ਹੈਗਾ ਹੂੰ ਜੀ ਹੋਮੋਪੈਥੀ ਦੀਆਂ ਗੋਲੀਆਂ ਮਰੀਜ਼ ਨੂੰ ਠੀਕ ਕਰ ਦਿੰਨ ਤੇ ਕਰ ਦਿੰਨ ਜੇ ਨਾ ਕਰਨ ਤੇ ਵਿਗਾੜਦੀਆਂ ਨਹੀਂ ਮੈਂ ਉਹਨੂੰ ਆਖਿਆ ਮੈਂ ਕਿਹਾ ਤੇ ਕਿ ਮਤਲਬ ਕਹਿੰਦੇ ਪ੍ਰਧਾਨ ਮੰਤਰੀ ਹੈ ਕਿਸੇ ਦੇ ਖਿਲਾਫ ਬੋਲਦਾ ਨਹੀਂ ਕਿਸੇ ਦੇ ਖਿਲਾਫ ਕੋਈ ਕਦਮ ਨਹੀਂ ਚੁੱਕਦਾ ਪੁਰਾਣੀਆਂ ਜੰਨੀਆਂ ਗੱਲਾਂ ਸਾਹਮਣੇ ਆਉਂਦੀਆਂ ਉਹ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਕਾਹਨੂੰ ਭੁੱਲਣੀਆਂ ਹਰ ਗੱਲ ਤੇ ਦਾ ਇੱਕੋ ਹੀ ਵੀ ਹਾਰੂ ਦਾ ਪੁਰਾਣੀਆਂ ਗੱਲਾਂ ਕਾਹਨੂੰ ਭੁੱਲਣੀਆਂ ਜੀ ਇਹ ਬਹੁਤ ਸਾਰੇ ਮੁੱਦੇ ਦੂਸਰੇ ਸੰਸਾਰ جنگ ਵੇਲੇ ਦੇ ਵੀ ਦਬ ਕੇ ਉਹ ਛੱਡੋ ਜੀ ਇਸ ਕਿਸਮ ਦਾ ਸੁਭਾਸੀਆ ਦਾ ਪਰ ਇੱਕ ਗੱਲ ਦੇ ਉੱਤੇ ਲਗਾਤਾਰ ਸਖਤ ਰਿਹਾ ਨਾਰਥ ਕੋਰੀਆ ਉੱਤਰੀ ਕੋਰੀਆ ਦੇ ਖਿਲਾਫ ਇਹ ਬਹੁਤ ਸਖਤ ਸਟੈਂਡ ਲਿੰਦਾ ਸੀ ਜੀ ਉਹਦੇ ਕੁਝ ਕਾਰਨ ਇਹਦੇ ਆਪਣੇ ਦੇਸ਼ ਦੇ ਵੀ ਹੋ ਸਕਦੇ ਆ ਜਾਂ ਗਵਾਂਡ ਮੱਥਾ ਦੱਖਣੀ ਕੋਰੀਆ ਨਾਲ ਮਿਲ ਕੇ ਚੱਲਣ ਦੇ ਵੀ ਹੋ ਸਕਦੇ ਆ ਜਾਂ ਇਸ ਕਰਕੇ ਵੀ ਇੱਕ ਇਹਨਾਂ ਦਾ ਚੀਨ ਨਾਲ ਆਢਾ ਲੱਗਾ ਕਿਸੇ ਵਕਤ ਚੀਨ ਨੂੰ ਇਹਨਾਂ ਦਬਾਅ ਵੀ ਛੱਡਿਆ ਸੀ ਜਾਪਾਨੀਆਂ ਨੇ ਜਾਂ ਇਸ ਕਰਕੇ ਵੀ ਹੋ ਸਕਦੇ ਆ ਕਿ ਦੂਸਰੇ ਸੰਸਾਰ ਜੰਗ ਵਿੱਚ ਅਮਰੀਕਾ ਤੋਂ ਕੁੱਟਖਾਣ ਪਿੱਛੋਂ ਅਮਰੀਕਾ ਨਾਲ ਯਾਰੀ ਪੈ ਚੁੱਕੀ ਹੈ ਤੇ ਅਮਰੀਕਾ ਦੇ ਹਾਕਮਾਂ ਦਾ ਕਿਉਂਕਿ ਨਾਰਥ ਕੋਰੀਆ ਨਾਲ ਆਢਾ ਲੱਗਾ ਇਸ ਕਰਕੇ ਇਹ ਵੀ ਉਸੇ 'ਚ ਸ਼ਾਮਲ ਹੋ ਗਿਆ ਜੋ ਵੀ ਸੀ ਇਹ ਉਹਨਾਂ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਸਖਤ ਸੀ ਭਾਰਤ ਵੱਲ ਬਹੁਤ ਹਮਦਰਦੀ ਬੜਾ ਸੀ ਆਪਣੇ ਦੇਸ਼ ਵਿੱਚ ਇਹ ਐਵਰੇਜ ਤੋਂ ਵੱਧ ਸਮਝੌਤਾ ਪੇਸ਼ ਸੀਗਾ ਜਿਹੜਾ ਕਿਸੇ ਨਾਲ ਕਿਸੇ ਕਿਸ ਨੂੰ ਦਾ ਵਿਗਾੜ ਪਾਉਣ ਦੇ ਪੱਖ ਵਿੱਚ ਹੀ ਕਦੇ ਨਹੀਂ ਰਿਹਾ ਜੀ ਜੀ ਇਹੋ ਜਿਹੇ ਬੰਦੇ ਦੇ ਮਾਰੇ ਜਣਾ ਮੈਨੂੰ ਸਮਝ ਆਦੀ ਵੀ ਕਾਰਨ ਕੀ ਹੋ ਸਕਦਾ ਹੁਣ ਇਹ ਵੀ ਹੋ ਸਕਦਾ ਕਿ ਰਾਜਨੀਤਿਕ ਪੱਖ ਤੋਂ ਕੋਈ ਸਾਜ਼ਿਸ਼ ਹੋਈ ਹੋਵੇ ਇਹ ਵੀ ਹੋ ਸਕਦਾ ਕੋਈ ਪੁਰਾਣੀ ਗੋੜ ਕਿਸੇ ਨੇ ਕੱਢੀ ਹੋਵੇ ਜਾਂ ਕਿਸੇ ਤੋਂ ਕਿਸੇ ਨੇ ਕਹਿ ਕੇ ਕੁਝ ਦੇ ਕੇ ਕਢਵਾਈ ਹੋਵੇ ਬਿਲਕੁਲ ਤੇ ਜਿਹੜਾ ਢੰਗ ਵਰਤਿਆ ਗਿਆ ਉਹ ਖਤਰਨਾਕ ਹੈ ਇਹਦੇ ਤੋਂ ਬਾਕੀ ਲੋਕਾਂ ਨੂੰ ਸचेत ਹੋਣਾ ਚਾਹੀਦਾ ਉੱਥੇ ਜਦੋਂ ਮੁਜਾਹਿਦਿਨ ਦਾ ਰਾਜ ਹੁੰਦਾ ਸੀ ਅਫਗਾਨਿਸਤਾਨ 'ਚ ਉੱਥੇ ਉਹਨਾਂ ਦੇ ਇੱਕ ਲੀਡਰ ਨੂੰ ਤਾਲਿਬਾਨ ਦੇ ਇੱਕ ਬੰਦੇ ਨੇ ਇਸੇ ਤਰ੍ਹਾਂ ਜਾ ਕੇ ਮਾਰਿਆ ਸੀ ਕਿ ਇੰਟਰਵਿਊ ਲੈਣੀ ਆ ਤੇ ਉਹਨਾਂ ਦਾ ਸ਼ਾਇਦ ਉਹ ਪ੍ਰਧਾਨ ਮੰਤਰੀ ਸੀ ਜਾਂ ਵਿਦੇਸ਼ ਮੰਤਰੀ ਸੀ ਜਿਹਦੇ ਕੋਲ ਜਾ ਕੇ ਸਾਰਾ ਕੁਝ ਫੋਕਸ ਕਰਕੇ ਜਦੋਂ ਮੁੜ ਕੇ ਕੈਮਰਾ ਕਲਿੱਕ ਕਰਨਾ ਸੀ ਕੈਮਰਾ ਕਲਿੱਕ ਕੀਤਾ ਤੇ ਨਾਲ ਸਾਹਮਣੇ ਬੈਠਾ ਇੰਟਰਵਿਊ ਦੇਣ ਵਾਲਾ ਵੀ ਮਰ ਗਿਆ ਤੇ ਕੈਮਰਾ ਚਲਾਉਣ ਵਾਲਾ ਵੀ ਮਰ ਗਿਆ ਤੇ ਆਸੇ ਪਾਸੇ ਵਾਲੇ ਵੀ ਮਰ ਗਏ ਕੁਝ ਲੋਕ ਕਹਿੰਦੇ ਸੀ ਕਿ ਉਹਨੂੰ ਜਾਣ ਬੁੱਝ ਕੇ ਹੋ ਜਾ ਕੈਮਰਾ ਦਿੱਤਾ ਗਿਆ ਤਾਂ ਕਿ ਉਹ ਆਪ ਵੀ ਬਚ ਕੇ ਨਾ ਆ ਸਕੇ ਕੱਲ ਨੂੰ ਸਬੂਤ ਪੇਸ਼ ਕਰ ਦਊਗਾ ਜੀ ਜੀ ਸਾਡੇ ਖਿਲਾਫ ਗਵਾਹੀ ਦੇ ਦਊਗਾ ਉਹ ਤਾਂ ਉਹਦਾ ਮਾਮਲਾ ਸੀ ਉਦੋਂ ਬਾਅਦ ਕੈਮਰੇ ਨੂੰ ਹਥਿਆਰ ਦੇ ਤੌਰ ਤੇ ਵਰਤਣਾ ਮੇਰੇ ਧਿਆਨ ਤੇ ਹੋਜੀ ਕੋਈ ਹੋਰ ਕਹਾਣੀ ਨਹੀਂ ਆਉਂਦੀ ਛਿੰਜੋ ਐਬੇ ਬੜੀ ਆ ਗੱਲ ਜਿਹੜੀ ਆ ਇਹ ਕੱਲ ਨੂੰ ਇੱਕ ਬਿਮਾਰੀ ਵੀ ਬਣ ਸਕਦੀ ਹੈ ਕਈ ਹੋਰ ਲੋਕ ਵੀ ਕਤਲ ਕਰਨ ਵਾਸਤੇ ਹਥਿਆਰਾਂ ਨੂੰ ਕੈਮਰੇ ਦਾ ਰੂਪ ਦੇ ਕੇ ਆ ਸਕਦੇ ਆ ਸਿਕਿਉਰਿਟੀ ਏਜੰਸੀਆਂ ਨੂੰ ਇਹਦੇ ਬਾਰੇ ਸੁਚੇਤ ਹੋਣਾ ਪਏਗਾ ਜੀ ਪੰਡਤ ਸਾਹਿਬ ਅਗਲੀ ਗੱਲ ਕਰਦੇ ਆ ਬੀਐਡੀਬੀ ਮਾਮਲੇ ਦੀ ਕਿਉਂਕਿ ਦੋਸ਼ੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਦਿੱਤੀ ਗਈ ਹੈ ਦੂਸਰੇ ਪਾਸੇ ਸਰਕਾਰਾਂ ਤਿੰਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਚਾਹੇ ਕਾਂਗਰਸ ਦੀ ਹੁਣ ਇਹ ਸਰਕਾਰਾਂ ਕਹਿੰਦੀ ਆ ਅਸੀਂ ਸਜ਼ਾ ਦਵਾਈ ਆ ਕੋਈ ਕਹਿੰਦਾ ਸਾਡਾ ਕ੍ਰੈਡਿਟ ਵਾਰ ਜਿਹੜਾ ਚੱਲ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇੱਕ ਕੱਲ ਮੈਂ ਵੀ ਇਹਦੇ ਉੱਤੇ ਬੋਲ ਜੀ ਅਖਬਾਰਾਂ ਦੇ ਵਿੱਚ ਵੀ ਅੱਡਾ ਅੱਡਾ ਰਿਪੋਰਟਾਂ ਨੇ ਜਿਹਨੇ ਪੜਨੀਆਂ ਪੜ ਕੇ ਵੇਖ ਲਵੇ ਕੋਈ ਰਿਪੋਰਟ ਵੀ ਸਾਰੀ ਦੀ ਸਾਰੀ ਸਹੀ ਨਹੀਂ ਲੱਗਦੀ ਇੱਕ ਅਖਬਾਰ ਕਹਿੰਦੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਸੀਗੇ ਉੱਥੇ ਡਿੱਗੇ ਪਏ ਉਹਦੇ ਨਾਲ ਵੀ ਇੱਕ ਅਖਬਾਰ ਕਹਿੰਦੀ ਆ ਗੁਟਕਾ ਸਾਫ ਇੱਕ ਅਖਬਾਰ ਕਹਿੰਦੀ ਆ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਹੁਣ ਅੱਜ ਦੁਪਹਿਰੇ ਜਿਹੜੇ ਜਾਂਚ ਨਾਲ ਜੁੜੇ ਹੋਏ ਅਫਸਰ ਸੀ ਜੀ ਮੈਂ ਉਹਨਾਂ ਚੋਂ ਇੱਕ ਤੋਂ ਪੁੱਛਿਆ ਵੀ ਅਸਲ ਵਿੱਚ ਕੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਪਾੜ ਕੇ ਛੁੱਟੇ ਸਨ ਜਾਂ ਗੁਟਕਾ ਸਾਹਿਬ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਦਾ ਸਾਈਜ਼ ਵੱਡਾ ਹੁੰਦਾ ਜੀ ਜੀ ਗੁਟਕਾ ਸਾਹਿਬ ਦਾ ਸਾਈਜ਼ ਛੋਟਾ ਹੁੰਦਾ ਉਹ ਪਰ ਸੂਚੀ ਪਾਇਆ ਜਾਂਦਾ ਜੇ ਪੋਥੀਆਂ ਨੇ ਤੇ ਪੋਥੀ ਗੁਟਕਾ ਸਾਹਿਬ ਤੋਂ ਵੱਡੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੋਟਾ ਸਰੂਪ ਹੁੰਦਾ ਉਹ ਉਹ ਛੋਟਾ ਸਾਈਜ਼ ਹੁੰਦਾ ਹੁਣ ਉਹਨਾਂ ਨੇ ਦੱਸਿਆ ਕਹਿੰਦੇ ਜੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੀ ਨਾ ਗੁਟਕਾ ਸਾਹਿਬ ਦੇ ਨਾ ਪੋਥੀਆਂ ਦੇ ਇਹ ਤਾਂ ਸੈਂਚੀਆਂ ਸੀ ਸੈਂਚੀਆਂ ਇੱਕ ਵੱਖਰੀ ਚੀਜ਼ ਹੈ ਜਿਹੜੀ ਪੋਥੀਆਂ ਵਰਗੀ ਆ ਪਰ ਸਿੱਧਾਲੂ ਸਿੱਖਾਂ ਨੂੰ ਪਤਾ ਕਿ ਸੈਂਚੀਆਂ ਵੱਖਰੀ ਚੀਜ਼ ਹੁੰਦੀ ਆ ਉਹ ਕਹਿੰਦੇ ਉਹਨੂੰ ਪਾੜ ਕੇ ਤੇ ਉਹਦੇ ਅੰਗ ਛੁੱਟੇ ਗਏ ਸਨ ਜੇ ਇੱਥੋਂ ਤੱਕ ਭੁਲੇਖਾ ਹੈ ਅੱਡ ਅੱਡ ਅਖਬਾਰਾਂ ਨੇ ਅੱਡ ਅੱਡ ਲਿਖ ਦਿੱਤਾ ਫਿਰ ਬਹੁਤ ਸਾਰੇ ਗੱਲਾਂ ਤੇ ਹੋਰ ਵੀ ਭੁਲੇਖਾ ਹੋ ਸਕਦਾ ਕੱਲ ਉਧਰੋਂ ਅਸੀਂ ਪ੍ਰੋਗਰਾਮ ਕਰਨ ਲੱਗੇ ਉਧਰੋਂ ਅਚਾਨਕ ਖਬਰ ਆ ਗਈ ਕਿ ਬਿਆਦਵੀ ਕਾਂਡ ਦੇ ਸਜਾਉਗੀ ਅਸੀਂ ਵੀ ਇਹ ਸਮਝ ਲਿਆ ਕਿ ਬਿਆਦਵੀ ਕਾਂਡ ਮੀਨਜ਼ ਇੱਕੋ ਬਿਆਦਵੀ ਕਾਂਡ ਜੀ ਜੀ ਐਸੋੜੇ ਚਰਚਾ ਚ ਹੋਈ ਹੈ ਨਾਲ ਹੀ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਸੀ ਅਸੀਂ ਵੀ ਉਸ ਵਕਤ ਨਾਲ ਸਾਡੇ ਕੋਲ ਟਾਈਮ ਸੀ ਨਾਲ ਅਸੀਂ ਚੈੱਕ ਕਰ ਸਕੇ ਅਸਲ ਜਿਹੜਾ ਚਰਚਾ ਚ ਬਿਆਦਵੀ ਕਾਂਡ ਉਹ ਬੁਰਜ ਜਵਾਰ ਸਿੰਘ ਵਾਲਾ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਫਿਰ ਗੁਰਦੁਆਰਾ ਸਾਹਿਬ ਦੇ ਉੱਤੇ ਧਮਕੀ ਪੱਤਰ ਲਾਇਆ ਗਿਆ ਫਿਰ ਉਸ ਤੋਂ ਬਾਅਦ ਬਰਗਾੜੀ ਦੇ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਉਹਦੇ ਅੰਗ ਖਿਲਾਰੇ ਗਏ ਉਹਨੂੰ ਹੁਣ ਤੱਕ ਚਰਚਾ ਸਮਝਾਂਦਾ ਇਹ ਉਹਨਾਂ ਸਰਾਂ ਤੋਂ ਵੱਖਰਾ ਹੈ ਇਹ ਕੇਸ ਮੋਗੇ ਜ਼ਿਲ੍ਹੇ ਦੇ ਪਿੰਡ ਮਲਕੇ ਦਾ ਉਥੇ ਜਿਹੜੀਆਂ ਸੈਂਚੀਆਂ ਗੁਰਬਾਣੀ ਦੀਆਂ ਜੀ ਜੀ ਉਹਨਾਂ ਨੂੰ ਪਾੜ ਕੇ ਉਹਨਾਂ ਦੇ ਅੰਗ ਖਿਲਾਰੇ ਗਏ ਗੁਰਸੇਵਕ ਨਾਮ ਦਾ ਗੁਰਸੇਵਕ ਸਿੰਘ ਨਾਮ ਦਾ ਆਦਮੀ ਉਥੋਂ ਜਾਂਦਾ ਪਿਆ ਸੀ ਉਹਨੇ ਵੇਖਿਆ ਕਿਹਾ ਤੇ ਗੁਰਬਾਣੀ ਦੇ ਅੰਗ ਖਿਲਰੇ ਪਰ ਉਹਨੇ ਜਾ ਕੇ ਚੋਕੇ ਸ਼ਿਕਾਇਤ ਕੀਤੀ ਪੰਚਾਇਤ ਨੂੰ ਵੀ ਦੱਸਿਆ ਤੇ ਪੁਰਸ ਨੂੰ ਵੀ ਦੱਸਿਆ ਕਾਰਵਾਈ ਸ਼ੁਰੂ ਹੋਈ ਇਹ ਮਸਲਾ ਵੱਖਰਾ ਇਹਦੇ ਵਰਗਾ ਹੀ ਇੱਕ ਮਸਲਾ ਇਹਨੇ ਨੇੜੇ ਦੇ ਪਿੰਡ ਗੁਰੂ ਸਰਦਾ ਵੀ ਆ ਉਹਦਾ ਕੇਸ ਇੱਕ ਵੱਖਰਾ ਬਣਿਆ ਇਹਦਾ ਬਰਗਾੜੀ ਵਾਲੇ ਬੈਬਲ ਕਲਾਂ ਵਾਲੇ ਕੋਟਕਪੂਰੇ ਵਾਲੇ ਉਹਨਾਂ ਤਿੰਨਾਂ ਨਾਲ ਕੋਈ ਵਾਸਤਾ ਹੀ ਨਹੀਂ ਬੁਰਜ ਜਵਾਰ ਸਿੰਘ ਨਾਲ ਵਾਸਤਾ ਹੀ ਨਹੀਂ ਇੱਕ ਕੇਸ ਬਿਲਕੁਲ ਵੱਖਰਾ ਉਹ ਕੇਸ ਚੱਲਦੇ ਆ ਫਰੀਦਕੋਟ 'ਚ ਇਹ ਕੇਸ ਚੱਲਦਾ ਸੀ ਮੋਗੇ 'ਚ ਮੋਗੇ ਦੀ ਅਦਾਲਤ ਨੇ ਕੱਲ ਫੈਸਲਾ ਕੀਤਾ ਤਿੰਨ ਜਣਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦਿੱਤੀ ਹੈ 3-3 ਸਾਲ ਜਿਹੜੇ ਦੋ ਜਣੇ ਛੱਡ ਦਿੱਤੇ ਆ ਬਾਕੀ ਭਗੌੜੇ ਆ ਇਹ ਮਸਲਾ ਇਹਨਾਂ ਦਾ ਮੈਂ ਪਹਿਲਾਂ ਦੱਸ ਤਾ ਕਿ ਇੱਕ ਬੇਅਦਬੀ ਕੰਡ ਇਹ ਆ ਇੱਕ ਇਹਦੇ ਲਾਗੇ ਹੀ ਪਿੰਡ ਗੁਰੂ ਸਰ ਦਾ ਉਹ ਵੱਖਰਾ ਚੱਲਦਾ ਪਿਆ ਇਹਦੇ ਦਰਮਿਆਨ ਇੱਕ ਕੇਸ ਹੋਰ ਬਣ ਚੁੱਕਾ ਉਹ ਇਹ ਆ ਕਿ ਜਿਹੜਾ ਮੌਕੇ ਦਾ ਗਵਾਹ ਸੀ ਉਹਦੇ ਤੱਕ ਸੱਚੇ ਸੌਦੇ ਵਾਲੇ ਜਿਹੜੇ ਆ ਉਹਨਾਂ ਦੇ ਬੰਦਿਆਂ ਨੇ ਪਹੁੰਚ ਕੀਤੀ ਕਿ ਤੂੰ ਜੋ ਲੈਣਾ ਲੈ ਲੈ ਗੱਲਬਾਤ ਖੜਾ ਛੱਡ ਗਲਮਕਾਲੀ ਉਹਨਾਂ ਨੇ ਫਿਰ ਉਹਨਾਂ ਨੇ ਪੈਸਿਆਂ ਦਾ ਚੈੱਕ ਦੇ ਦਿੱਤਾ ਮੋਟੀ ਰਕਮ ਦਾ ਕੋਈ ਆਮ ਬੰਦਾ ਹੁੰਦਾ ਉਸ ਮੋਟੀ ਰਕਮ ਨੂੰ ਜਾ ਕੇ ਬੈਂਕ ਚੋ ਕੈਸ਼ ਕਰਾਉਂਦਾ ਤੇ ਉੱਥੇ ਜਾ ਕੇ ਮੜੇ ਮੋਟੀ ਇੱਕ ਦੋ ਅੱਖਰਾਂ ਦਾ ਵਾਧਾ ਘਾਟਾ ਕਰਨਾ ਸੀ ਗਵਾਹੀ ਚ ਵੜ ਪਾ ਜਾਂਦਾ ਸਾਰਾ ਨੂੰ ਛੁਡਾ ਦਿੰਦਾ ਪਰ ਉਹਨੇ ਇਹੋ ਜਿਹਾ ਕੋਈ ਵੜ ਨਹੀਂ ਪਾਇਆ ਉਹਨੇ ਜਾ ਕੇ ਅਦਾਲਤ ਵਿੱਚ ਚੈੱਕ ਪੇਸ਼ ਕਰਕੇ ਆਖਿਆ ਜੀ ਆਹ ਦੋਸ਼ੀਆਂ ਦੇ ਪਰਿਵਾਰ ਨੇ ਮੈਨੂੰ ਚੈੱਕ ਦਿੱਤਾ ਗਵਾਹੀ ਤੋਂ ਮਕਰਾਉਣ ਵਾਸਤੇ ਅਦਾਲਤ ਨੇ ਉਸ ਚੈੱਕ ਦੇ ਉੱਤੇ ਆਰਡਰ ਕੀਤਾ ਕਿ ਇੱਕ ਕੇਸ ਹੋਰ ਦਰਜ ਕੀਤਾ ਜਾਵੇ ਯਾਨੀ ਇੱਕ ਮਲਕੇ ਪਿੰਡ ਦਾ ਵਿਦਵੀ ਕੇਸ ਹੋ ਗਿਆ ਇੱਕ ਗੁਰੂ ਸਰ ਦਾ ਹੋ ਗਿਆ ਇੱਕ ਗਵਾਹ ਨੂੰ ਗਵਾਹੀ ਤੋਂ ਮਕਰਾਉਣ ਵਾਸਤੇ ਜਿਹੜਾ ਚੈੱਕ ਦਿੱਤਾ ਗਿਆ ਮਾਇਆ ਦਾ ਉਹਦਾ ਇੱਕ ਵੱਖਰਾ ਕੇਸ ਆ ਉਹ ਅਜੇ ਚੱਲਦਾ ਪਿਆ ਅਜੇ ਉਹਦੇ ਉੱਤੇ ਵੀ ਗੱਲ ਹੋਣੀ ਆ ਅੱਛਾ ਹੁਣ ਇਹਦੇ ਉੱਤੇ ਜਿਹੜਾ ਕ੍ਰੈਡਿਟ ਵਾਰਿਆ ਕਾਂਗਰਸੀ ਕਹਿੰਦੇ ਜੀ ਅਸੀਂ ਚਲਾਨ ਪੇਸ਼ ਕੀਤਾ ਚਾਰ ਸ਼ੀਟ ਅਸੀਂ ਕਰਾਈ ਕਰਾਈ ਹੋਵੇਗੀ ਉਸ ਤੋਂ ਬਾਅਦ ਮੁੜ ਕੇ ਬਹਿਸ ਕਿਉਂ ਨਾ ਕਰਵਾਈ ਤੇ ਮਾਮਲਾ ਸਿਰੇ ਕੋ ਨਾ ਲਾਇਆ ਤੇ ਤੁਲਕ ਕਿਉਂ ਨਾ ਸਕਿਆ ਜੀ ਹੁਣ ਵਾਲੇ ਕਹਿੰਦੇ ਅਸੀਂ ਆ ਕੇ ਕਰ ਦਿੱਤਾ ਠੀਕ ਆ ਤੁਹਾਡੇ ਵਕੀਲ ਚੰਡੀਗੜ੍ਹ ਤੋਂ ਆ ਕੇ ਪੈਰ ਵੀ ਕਰਦੇ ਰਹੇ ਤੁਸੀਂ ਕ੍ਰੈਡਿਟ ਦਾ ਲੈ ਸਕਦੇ ਹੋ ਜਿੰਨਾ ਕਾਂਗਰਸੀਆਂ ਕੀਤਾ ਇਸ ਕੇਸ ਦਾ ਬੇਸ ਤਾਂ ਕਾਂਗਰਸੀ ਬਣਗੇ ਸੀ ਬਾਅਦ ਵਿੱਚ ਉਹਨਾਂ ਦਾ ਮੁੱਖ ਮੰਤਰੀ ਉਹ ਤੇ ਸਿਸ ਵਾਲੇ ਮਹਿਲ ਤੋਂ ਨਹੀਂ ਨਿਕਲਦਾ ਤੇ ਜਿਹੜਾ ਉਹਦੀ ਥਾਂ ਦੇ ਉੱਤੇ ਬਣਾਇਆ ਉਹ ਸਿਰਫ ਲੋਕਾਂ ਨੂੰ ਇਹੋ ਦੱਸਣ ਲੱਗਾ ਰਿਹਾ ਕਿ ਮੈਨੂੰ ਕੀ ਕੀ ਆਉਂਦਾ ਕਿਹੜੀ ਕਿਹੜੀ ਚਾਹੀਦਾ ਮੈਂ ਕੋਰਸ ਕੀਤਾ ਮੰਜਾ ਉਹਨਾਂ ਦਾ ਮੈਨੂੰ ਆਉਂਦਾ ਬੱਕਰੀ ਚੋਣ ਦੀ ਜਾਂਚ ਮੈਨੂੰ ਉਹ ਤਾਂ ਖਾਸੋ ਇਹਨੀਆਂ ਤਕਰੀਰਾਂ ਕਰਕੇ ਆਪਣਾ ਟਾਈਮ ਕੱਢ ਕੇ ਰਾਹ ਪਿਆ ਕਰਨ ਵਾਲਾ ਅਸਲੀ ਕੰਮ ਉਹਦੀ ਸਾਲੀ ਦਾ ਮੁੰਡਾ ਕਰਦਾ ਸੀ ਉਹ ਸਿਆਸੀ ਰਿਟਰਨ ਕੋਈ ਕੰਮ ਹੁੰਦਾ ਨੋਟ ਕਮਾਉਣੇ ਜੀ ਉਹ ਨੋਟ ਕਮਾਉਣ ਦਾ ਕੰਮ ਉਹਨੇ ਸਾਲੀ ਦੇ ਮੁੰਡੇ ਨੂੰ ਸਾਰੀ ਸਪਾਂਸਰਸ਼ਿਪ ਦਿੱਤੀ ਸੀ ਤੂੰ ਮੇਰੇ ਵੱਲੋਂ ਪਾਵਰ ਆਫ ਟਰਨੀਆਂ ਤੂੰ ਜੋ ਕੁਝ ਕਰ ਸਕਦਾ ਪੁੱਤਰਾ ਕਰ ਲਾ ਤੇ ਜੇ ਕੀਤਾ ਫੜਿਆ ਜਾਵੇ ਤੇ ਫਿਰ ਜਰ ਲਾ ਉਹ ਕਰ ਲਾ ਤੇ ਜਰ ਲਾ ਉਹਨੂੰ ਸੌਪਿਆ ਸੀ ਤੇ ਬਾਕੀ ਭਾਸ਼ਣ ਕਰਨ ਨੂੰ ਚਾਹੁੰਦੀ ਸੀ ਉਹਨੇ ਵੀ ਕੱਖ ਨਹੀਂ ਕੀਤਾ ਹੁਣ ਜੇ ਜਾ ਕੇ ਹੋ ਗਿਆ ਇਹ ਕਾਂਗਰਸੀ ਕਰੈਡਲੈਂਡ ਇਹਨਾਂ ਨੂੰ ਵੀ ਦੇ ਦਿਓ ਹੋਰ ਕੋਈ ਮੰਗੇ ਉਹਨੂੰ ਵੀ ਦੇ ਦਿਓ ਆਮ ਆਦਮੀ ਪਾਰਟੀ ਨੂੰ ਵੀ ਦੇ ਦਿਓ ਪਰ ਜੇ ਕ੍ਰੈਡਿਟ ਅਸਲ ਚ ਜਾਂਦਾ ਤੇ ਉਸ ਮੌਕੇ ਦੇ ਗਵਾਹ ਨੂੰ ਜਾਂਦਾ ਜਿਹਨੂੰ ਪੈਸਿਆਂ ਦਾ ਨੋਟਾਂ ਦਾ ਥੱਬਾ ਵੀ ਦਿੱਤਾ ਗਿਆ ਤੇ ਉਹਨੇ ਉੱਤੇ ਥੁੱਕਿਆ ਨਹੀਂ ਉਹਨੇ ਜਾ ਕੇ ਆਖਿਆ ਜਾ ਕੇ ਅਦਾਲਤੋ ਚ ਕਹਿੰਦਾ ਜੀ ਮੇਰੀ ਖਰੀਦਣਾ ਚਾਹੁੰਦੇ ਆ ਮੈਂ ਨਹੀਂ ਵੇਖਦਾ ਆ ਪਿਆ ਨਾ ਚੈੱਕ ਦੱਸੋ ਜੀ ਕੀ ਕਰਨਾ ਜਿੰਨਾ ਉਹ ਸਿਦਕ ਤੇ ਕੈਮਰਿਆ ਔਰ ਮੈਨੂੰ ਇਹ ਪਤਾ ਲੱਗਾ ਕਿ ਉਹਨੂੰ ਗਵਾਹੀ ਤੋਂ ਬਿਠਾਉਣ ਵਾਸਤੇ ਕੱਲੇ ਸੱਚੇ ਸੌਦੇ ਵਾਲੇ ਨਹੀਂ ਸਿੱਖਾਂ ਦੇ ਕੁਝ ਲੀਡਰ ਵੀ ਉਹਦੇ ਤੱਕ ਪਹੁੰਚ ਕਰਦੇ ਰਹੇ ਵੀ ਚੱਲ ਛੱਡ ਖੜਾ ਕੋਈ ਗੱਲ ਨਹੀਂ ਇਹ ਚਰਚਾ ਮੈਨੂੰ ਨਹੀਂ ਪਤਾ ਸੱਚ ਹੈ ਕਿ ਨਹੀਂ ਇਹ ਵੱਧ ਉਹ ਜਾਣਦਾ ਹੋਵੇਗਾ ਪਰ ਜੇ ਇਹ ਵੀ ਹੋਵੇ ਤਾਂ ਗੱਲ ਮਾੜੀ ਹੈ ਕ੍ਰੈਡਿਟ ਲੈਂਡ ਨੂੰ ਹਰ ਕੋਈ ਆ ਪਰ ਜਿੱਥੇ ਨੁਕਸਰ ਆ ਜੀ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਕੌਨਸਾ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਭ੍ਰਿਸ਼ਟਾਚਾਰ ਹੁੰਦਾ ਰਿਹਾ ਪਰ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈਏ ਖਾਸ ਕਰਕੇ ਉਹਨਾਂ ਇੱਕ ਨੰਬਰ ਜਾਰੀ ਕੀਤਾ ਉਹਦੇ ਬਹੁਤ ਸਾਰੀਆਂ ਫੋਨ ਕਾਲਾਂ ਮੈਸੇਜ ਉੱਤੇ ਗਏ ਵੀਡੀਓ ਵੀ ਕੀ ਭੇਜੀਆਂ ਗਈਆਂ ਪਿਛਲੇ ਦਿਨਾਂ ਦੇ ਦੌਰਾਨ ਵੀ ਅਸੀਂ ਜ਼ਿਕਰ ਕੀਤਾ ਸੀ ਕਈ ਘਪਲੇ ਸਾਹਮਣੇ ਆਏ ਕਦੀ 1100 ਕਰੋੜ ਦਾ ਕਦੀ 3400 ਕਰੋੜ ਦਾ ਹੁਣ ਇੱਕ ਹੋਰ ਆਈਐਫਐਸ ਅਫਸਰ ਫਸਟਾ ਪਿਆ ਹੈ ਕਹਿੰਦੇ ਕਰੋੜਾਂ ਰੁਪਏ ਦਾ ਘਪਲਾ ਐਨਵੀ ਕੀਤਾ ਤੇ ਹਰ ਚੀਜ਼ ਦੇ ਪਿੱਛੇ 5% ਕਮਿਸ਼ਨ ਵੀ ਲੱਭਦਾ ਸੀਗਾ ਕਿੰਨਾ ਕੁ ਸੱਚ ਹੈ ਦੇਖੋ ਭਾਰਤ ਸਰਕਾਰ ਦੀਆਂ ਕੁਝ ਸਰਵਿਸਿਜ਼ ਨੇ ਜਨਨ ਨੂੰ 아이 ਸ਼ੁਰੂ ਚ ਲੱਗਦਾ ਇੱਕ ਆਈਐਸ ਅਫਸਰ ਨੇ ਜਿਹੜੇ ਐਸਟੀਐਮ ਤੋਂ ਸ਼ੁਰੂ ਹੁੰਦੇ ਡਿਪਟੀ ਕਮਿਸ਼ਨਰ ਚੀਫ ਸਕੱਟਰੀ ਪ੍ਰਧਾਨ ਮੰਤਰੀ ਦੇ ਨਾਲ ਕੈਬਨਟ ਸਕੱਟਰੀ ਤੱਕ ਜਾਂਦੇ ਨੇ ਜੀ ਇੱਕ ਆਈਪੀਐਸ ਨੇ ਇੰਡੀਅਨ ਪੁਲਿਸ ਅਫਸਰ ਜਿਹੜੇ ਏਐਸਪੀ ਤੋਂ ਸ਼ੁਰੂ ਹੁੰਦੇ ਆ ਤੇ ਡੀਜੀਪੀ ਤੱਕ ਜਾਂਦੇ ਨੇ ਜਨਰਲ ਸਕੱਟਰੀ ਹੋਮ ਡਿਪਾਰਟਮੈਂਟ ਤੱਕ ਵੀ ਜਾਂਦੇ ਨੇ ਦਿੱਲੀ ਤੱਕ ਹੋਮ ਮਿਨਿਸਟਰੀ ਤੱਕ ਵੀ ਆਈਪੀਐਸ ਹੋਰ ਵੀ ਹੈਗੇ ਆ ਇੰਡੀਅਨ ਪੋਸਟ ਸਰਵਿਸ ਵਾਲਾ ਵੀ ਆਈਪੀਐਸ ਹੈ ਇਸ ਤਰ੍ਹਾਂ ਇੱਕ ਆਈਐਫਐਸ ਨੇ ਜਿਹੜੇ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਨੇ ਵਿਦੇਸ਼ਾਂ ਵਿੱਚ ਨੌਕਰੀ ਕਰਦੇ ਅਫਸਰ ਕਰਦੇ ਰਾਜਦੂਤ ਬਣਦੇ ਆ ਫਿਰ ਆ ਕੇ ਵਿਦੇਸ਼ ਸੈਕਟਰੀ ਵੀ ਬਣਦੇ ਆ ਪਰ ਆਈਐਫਐਸ ਇੱਕ ਹੋਰ ਵੀ ਹੈਗੇ ਨੇ ਉਹ ਇੰਡੀਅਨ ਫੋਰੈਸਟ ਸਰਵਿਸ ਆ ਉਹ ਵੀ ਉੱਥੋਂ ਯੂਨੀਅਨ ਪਬਲਿਕ ਸਰਵਿਸ ਦੇ ਸਾਰੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੋਂ ਪਾਸ ਹੋ ਕੇ ਹੁੰਦੇ ਨੇ ਜੀ ਜੀ ਇਹਦੇ ਆਈਐਫਐਸ ਆ ਫੋਰੈਸਟ ਵਾਲੇ ਉਹਨਾਂ ਵਿੱਚੋਂ ਕੱਲ ਇੱਕ ਬੰਦਾ ਫੜਿਆ ਗਿਆ ਪੰਜਾਬ ਦਾ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਜ਼ਿਲ੍ਹਾ ਫੋਰੈਸਟ ਅਫਸਰ ਵਣਪਾਲ ਉਹਦੇ ਉੱਤੇ ਦੋਸ਼ੇ ਲੱਗਦਾ ਕੁਣੇ ਕਵੰਡੀ ਕੰਪਨੀ ਵੱਖਰੀ ਗੱਲ ਹੈ ਕਿ ਕੰਪਨੀ ਵੀ ਵਿਵਾਦਾਂ 'ਚ ਕਾਫੀ ਰਹਿੰਦੀ ਆ ਪਰ ਉਸ ਕੰਪਨੀ ਦੇ ਨਾਲ ਉਹਨੇ ਕੁਝ ਗੱਟਬੜ ਚਲਾਈ ਪਹਿਲਾਂ ਆਪਣੇ ਬੰਦਿਆਂ ਤੋਂ ਕੰਪਨੀ ਨੂੰ ਨੋਟਿਸ ਦਵਾਤਾ ਫਿਰ ਉਹਨਾਂ ਹੀ ਬੰਦਿਆਂ ਨੂੰ ਭੇਜ ਕੇ ਆਖਿਆ ਕਿ ਸਾਨੂੰ ਸਾਡੇ ਵਣਪਾਲ ਸਾਹਿਬ ਨੇ ਸਾਡੇ ਆਈਐਫਐਸ ਅਫਸਰ ਨੇ ਆਖਿਆ ਕਿ ਨੋਟਿਸ ਦਿਓ ਤੇ ਬਾਅਦ 'ਚ ਇਹਨਾਂ ਤੋਂ ਪੈਸੇ ਲਵਾਂਗੇ ਤੇ ਤੋ ਤੁਸੀਂ ਉਹਦਾ ਗੱਲ ਕਰ ਲੋ ਉਹਨੇ ਕੋ ਸਾਰੀ ਗੱਲਬਾਤ ਕਰਕੇ ਤੇ ਥੋੜੇ ਜੇ ਪੈਸੇ ਫੜਾ ਕੇ ਆਖਿਆ ਕਿ ਮੇਰੇ ਵੱਲੋਂ ਗੱਲ ਤੁਸੀਂ ਕਰ ਲੋ ਉਹ ਗਿਆ ਗੱਲ ਕਰਕੇ ਆਇਆ ਸਾਰਾ ਕੁਝ ਤੈ ਹੋ ਗਿਆ ਉਹਨਾਂ ਆ ਕੇ ਦੱਸਤਾ ਕਿ ਇੰਨੇ ਪੈਸੇ ਉਹ ਮੰਗਦਾ ਅੱਗੋਂ ਪ੍ਰੋਜੈਕਟ ਪਾਸ ਹੋਣ ਤੋਂ ਬਾਅਦ ਹਰ ਮਹੀਨੇ ਇੰਨੇ ਪੈਸੇ ਲਊਗਾ ਤੁਹਾਡੇ ਜਿੰਨਾ ਮਾਲ ਵਿਕੇ ਉਹ ਚ ਇੰਨੇ ਪਰਸੈਂਟ ਕਮਿਸ਼ਨ ਲਿਆ ਕਰੋ ਜਦੋਂ ਸਾਰਾ ਕੁਝ ਤੈ ਹੋ ਗਿਆ ਹਰ ਚੀਜ਼ ਕਲੀਅਰ ਹੋ ਗਈ ਤੇ ਉਹਨਾਂ ਨੇ ਵੀਡੀਓ ਰਿਕਾਰਡਿੰਗ ਜਿਹੜੀ ਆ ਜਾਂ ਵੀਡੀਓ ਰਿਕਾਰਡਿੰਗ ਕੁਝੜ ਗਈ ਵੀ ਹੋ ਸਕਦੀ ਹੈ ਉਹ ਸਾਰੀ ਸਾਰੀ ਜਿਹੜੀ ਪੰਜਾਬ ਦੇ ਸਰਕਾਰ ਨੇ ਹੈਲਪਲਾਈਨ ਜਾਰੀ ਕੀਤੀ ਹੈ ਉਹਦੇ ਉੱਤੇ ਪਾਤੀ ਤੇ ਹੈਲਪਲਾਈਨ ਵਾਲਾ ਨੇ ਜਾ ਕੇ ਉਹਦੇ ਤੇ ਕਾਰਵਾਈ ਕਰਦਿਆ ਉਸ ਆਈਐਫਐਸ ਅਫਸਰ ਨੂੰ ਫਾਰੇਸਟ ਅਫਸਰ ਨੂੰ ਜਿਹੜਾ ਜਿਲ੍ਹਾ ਲੈਵਲ ਦਾ ਉਹਨੂੰ ਜਾ ਕੇ ਫੜ ਲਿਆ ਉਹਦੇ ਫੜਨ ਤੋਂ ਬਾਅਦ ਹੁਣ ਕਈ ਹੋਰ ਵੀ ਫੜੇ ਜਾਣਗੇ ਬਿਲਕੁਲ ਦੋ ਤਾਂ ਠੇਕੇਦਾਰ ਹੀ ਟੰਗੇ ਗਿਆ ਇਹ ਮਾਮਲਾ ਮੋੜ ਕੇ ਓਥੇ ਜਾਜ ਜੁੜਨਾ ਜਿੱਥੇ ਸਾਧੂ ਸਿੰਘ ਧਰਮਸ਼ੋਤ ਫੜਿਆ ਗਿਆ ਸੀ ਜੀ ਉਹਦੇ ਖਿਲਾਫ ਵੀ ਜਿਹੜਾ ਇੱਕ ਠੇਕੇਦਾਰ ਫੜਿਆ ਗਿਆ ਸੀ ਤੇ ਜਿਹਦਾ ਨਾਂ ਆਉਂਦਾ ਸੀ ਐਸ ਕੇਸ ਵਿੱਚ ਉਹਦਾ ਨਾਂ ਫੇਰਾਉਂਦਾ ਪਿਆ ਜਦੋਂ ਸਾਧੂ ਸਿੰਘ ਧਰਮਸ਼ੋਤ ਨੂੰ ਮਿਨਿਸਟਰੀ ਚੋਂ ਕੱਢਤਾ ਤੇ ਚਰਨਜੀਤ ਸਿੰਘ ਚੰਨੀ ਦੀ ਥਾਂ ਤੇ ਜੰਗਲਾਤ ਮੰਤਰੀ ਬਣਾਤਾ ਸੰਗਤ ਸਿੰਘ ਗਿਲਜੀਆ ਨੂੰ ਫਿਰ ਸੰਗਤ ਸਿੰਘ ਗਿਲਜੀਆ ਦੇ ਵੇਲੇ ਵੀ ਇਹੋ ਹੀ ਅਫਸਰਤੀ ਲੈਣ ਦੇਣ ਕਰਦੇ ਰਹੇ ਜੀ ਸੰਗਤ ਸਿੰਘ ਗਿਲਜੀਆ ਤੋਂ ਬਾਅਦ ਵੀ ਇਹ ਕੰਮ ਹਮੇਸ਼ਾ ਤਰ੍ਹਾਂ ਚੱਲਦਾ ਰਿਹਾ ਹੁਣ ਜਿਹੜਾ ਠੇਕੇਦਾਰ ਉਧਰ ਸੀ ਜਿਹੜਾ ਠੇਕੇਦਾਰ ਸੰਗਤ ਸਿੰਘ ਗਿਲਜੀਆ ਨਾਲ ਸੀ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਵੀ ਬਹੁਤ ਨੇੜੇ ਸੀ ਕਿਉਂਕਿ ਉਹ ਸੇਵਾ ਕਰਨੀ ਜਾਣਦਾ ਸੀ ਤੇ ਇਹ ਸਾਰੇ ਕਰਾਉਣੇ ਜਾਣਦੇ ਸੀ ਤੇ ਉਹ ਜਿਹੜਾ ਡਿਸਟ੍ਰਿਕਟ ਫਾਰੈਸਟ ਅਫਸਰ ਆਈਐਫਐਸ ਸਬਸਿਡੈਂਟਾ ਫੜਿਆ ਗਿਆ ਹੁਣ ਇਹ ਵੀ ਇਹ ਸਾਰੇ ਦੇ ਸਾਰੇ ਚੋਰ ਚੋਰ ਮਸੇਰੇ ਪਾਈ ਸੀ ਇਹਨਾਂ ਚੋਂ ਨਿੰਦਨ ਸਲਾਉਣ ਬੜਾ ਹੈ ਕੋਈ ਜਿੱਥੇ ਕਿਸੇ ਦਾ ਦਾ ਲੱਗਾ ਤੇ ਜਿੰਨਾ ਕਿਸੇ ਦਾ ਦਾ ਲੱਗਾ ਇਹ ਲੈ ਜਾਂਦੇ ਸੀ ਹੁਣ ਇਹ ਫੜਿਆ ਗਿਆ ਮੈਨੂੰ ਇਹ ਲੱਗਦਾ ਕਿ ਗੱਲ ਇਸ ਕੱਲੇ ਅਫਸਰ ਤੱਕ ਰਹਿਣੀ ਨਹੀਂ ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹੋ ਜਿਹੇ ਅਫਸਰ ਖਾਂਦਾ ਹੁੰਦਾ ਐਡਾ ਵੱਡਾ ਹਾਟੇ ਕੱਲਾ ਨਹੀਂ ਚੁੱਕਦਾ ਹੁੰਦਾ ਕੱਲ ਨੂੰ ਜੇ ਫੋੜਾ ਫੜੀ ਸ਼ੁਰੂ ਹੋ ਗਈ ਅਗੇ ਸੰਜੀਪ ਪੋਪਲੀ ਫੜਿਆ ਗਿਆ ਨਾ ਜਿਹੜਾ ਪੰਜਾਬ ਦਾ ਪੀਸੀਐਸ ਅਫਸਰ ਹੁੰਦਾ ਸੀ ਪ੍ਰਮੋਟ ਹੋ ਕੇ ਆਈਐਸ ਬਣਿਆ ਸੀ ਜੀ ਜੀ ਉਹਦੇ ਘਰੋਂ 12.5 ਕਿਲੋ ਤੇ ਸੋਨੇ ਦੀਆਂ ਈਟਾਂ ਮਿਲ ਗਈਆਂ ਸੀ ਤੇ ਬਾਕੀ ਸੋਨਾ ਰਲਾ ਕੇ 18-19 ਕਿਲੋ ਸੋਨਾ ਹੀ ਬਣ ਜਾਂਦਾ ਸੀ ਇਹ ਆਈਐਫਐਸ ਅਫਸਰ ਜਿਹੜਾ ਹੁਣ ਕੱਲ ਫੜਿਆ ਗਿਆ ਇਹਦੇ ਘਰ ਇਹਦੇ ਦਫ਼ਤਰ ਇਹਦੇ ਪਿੰਡ ਜਿੱਥੇ-ਜਿੱਥੇ ੱਡੇ ਇਹਦੇ ਲੱਕਰਾਂ ਦੇ ਉੱਤੇ ਜੇ ਜਾ ਕੇ ਚੈਕਿੰਗ ਕੀਤੀ ਜਾਵੇ ਤੇ ਮੈਨੂੰ ਲੱਗਦਾ ਸੋਨੇ ਦੀਆਂ ਈਟਾਂ ਇਹਦੇ ਕੋਲੋਂ ਵੀ ਨਿਕਲਣਗੀਆਂ ਬਦਰਾਮੀ ਸਾਰਿਆਂ ਦੀ ਜੀ ਜਿੰਨੇ ਜੇ ਉਹ ਉਸ ਮਹਿਕਮੇ ਨਾਲ ਮਿਲ ਕੇ ਨੌਕਰੀ ਕਰਦਾ ਰਿਹਾ ਜਿੱਥੇ ਸਾਧੂ ਸਿੰਘ ਧਰਬਸੋਤ ਵਰਗੇ ਸਾਧੂ ਜੇ ਬੰਦੇ ਸੀ ਜਿੱਥੇ ਸੰਗਤ ਸਿੰਘ ਗਿਲਜੀਆ ਵਰਗੇ ਸੀ ਤੇ ਜੇ ਉਹ ਸਾਰੇ ਖਾਂਦੇ ਸੀ ਤੇ ਇਹਨੂੰ ਖਾਣ ਲੱਗਿਆ ਕਿਤੇ ਬਾਹਜਮੀ ਹੁੰਦੀ ਸੀ ਇਹਨੂੰ ਕੋਈ ਡਾਕਟਰਾਂ ਨੇ ਆ ਕੇ ਜਿਹੜੇ ਖਾਣ ਵਾਲੇ ਨੇ ਸਾਰਿਆਂ ਨੇ ਚੂਰਮ ਰੱਖਿਆ ਹੁੰਦਾ ਉਹਦਾ ਚੂਰਨ ਰੱਖਿਆ ਉਹ ਇਹਨਾਂ ਦੀ ਬਾਹਜਮੀ ਰੋਕ ਦਿੰਦਾ ਜੇ ਇਹਦੀ ਪੁਣਛਾਣ ਸ਼ੁਰੂ ਹੋ ਗਈ ਤੇ ਇਹ ਕਈ ਬੰਦਿਆਂ ਤੱਕ ਜਾਵੇਗੀ ਔਰ ਜਾਣੀ 20 ਚਾਹੀਦੀ ਆ ਮੈਂ ਸਮਝਾਂ ਇਦੇ ਵਿੱਚ ਕਿਸੇ ਦਾ ਕੋਈ ਲਿਆਜ ਨਹੀਂ ਕੀਤਾ ਜਾਣਾ ਚਾਹੀਦਾ। ਇਹ ਪੰਕਸਰ ਸਾਹਿਬ ਹਾਜ਼ਮੇ ਤਕੜੇ ਆ ਚਲੋ ਉਧਰ ਸਾਧੂ ਸਿੰਘ ਧਰਮਸੋਧ ਨਾਲ ਕੋਈ ਮਿਲ ਨਹੀਂ ਜਾਂਦਾ ਪਿਆ ਤੇ ਗਿਲੀਆਂ ਸਭ ਕੱਲ ਜਾ ਕੇ ਮੇੜਾ ਕੱਲ ਜਾ ਕੇ ਮੇੜਾ ਅਮਰਿੰਦਰ ਸੋਰਾ ਜਬੜੇਂਗੋਰੀ ਸੁਭਿੰਦਰ ਸੋਨਦਾਵਾ ਵੀ ਗਿਆ ਸੀ। ਪੁਰਾਣੀ ਯਾਰੀ ਹੈ ਚਲ ਕੋਈ ਨਹੀਂ। ਚਲੋ ਦੂਸਰੇ ਪਾਸੇ ਪੰਕਸਰ ਜੇ ਕਾਂਗਰਸੀਆਂ ਦੀ ਗੱਲ ਕੀਤੀ ਹੈ ਇਹਨਾਂ ਦੇ ਉੱਪਰ ਕਈ ਕੇਸ ਚੱਲਦੇ ਪਏ ਐ ਕਈ ਜੇਲ੍ਹ ਦੇ ਵਿੱਚ ਐ ਹੁਣ ਜਿੱਦਾਂ ਸਾਲ ਸਿੰਘ ਧਰਮਸੋਧ ਦੀ ਗੱਲ ਕੀਤੀ ਤਾਂ ਰਾਜ ਬੱਬਰ ਨੂੰ ਵੀ ਜੇਕਰ ਗੱਲ ਕਰੀਏ ਤਾਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਹਿਲਾਂ ਰਾਹੁਲ ਗਾਂਧੀ ਸਾਰੇ ਕ ਜਿੱਦਾਂ ਦੇ ਧਰਮ ਬਦਲੀ ਹੁੰਦੀ ਹੈ ਨਾ ਜੀ ਉਦਾਂ ਦੇ ਦਲ ਬਦਲੀ ਆ ਇਹ ਰਾਜ ਬੱਬਰ ਵੀ ਕੋਈ ਪੱਕਾ ਖਾਨਦਾਨੀ ਕਾਂਗਰਸੀ ਨਹੀਂ ਗਾ ਫਿਰ ਮਾਚ ਆਇਆ ਉੱਭਰਿਆ ਐਕਟਰ ਸੀ ਚੰਗਾ ਟੌਰ ਬਣ ਗਿਆ ਮੁੜ ਕੇ ਪ੍ਰਧਾਨ ਮੰਤਰੀ ਵੀ ਪੀ ਸਿੰਘ ਦਾ ਰਾਜ ਆ ਗਿਆ ਜਿਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗੱਦੀ ਤੋਂ ਲਾ ਕੇ ਤੇ ਗੱਦੀ ਸੰਭੀ ਸੀ ਇਹਦੀ ਉਹਨਾਂ ਜਾਣ ਪਛਾਣ ਸੀ ਉਹਨੇ ਆਖਿਆ ਤੂੰ ਆ ਜਾ ਸਾਡੇ ਇਹ ਜਨਤਾ ਦਲ ਚ ਲੱਗ ਜਨਤਾ ਦਲ ਦੇ ਵਿੱਚ ਉਦੋਂ ਜਨਤਾ ਦਲ ਬਲੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਲਦੇਮ ਸਿੰਘ ਯਾਦਵ ਹੁੰਦਾ ਸੀ ਯੋਦੇ ਨੇੜੇ ਚਲਾ ਗਿਆ ਉਹਨਾਂ ਜਨਤਾ दल ਤੋਂ ਢੋੜਿਆ ਸਮਾਜਵਾਦੀ ਪਾਰਟੀ ਬਣੀ ਉਹਦੇ ਚਲਾ ਗਿਆ ਤਿੰਨ ਵਾਰੇ ਪਾਰਲੀਮੈਂਟ ਮੈਂਬਰ ਬਣਿਆ ਦੋ ਵਾਰ ਬਣਿਆ ਸਮਾਜਵਾਦੀ ਪਾਰਟੀ ਵੱਲੋਂ ਤੇ ਮੁੜ ਕੇ ਇਹਦੀ ਮਲੇਮ ਸਿੰਘ ਯਾਦਵ ਨਾਲ ਅਣਬੰਣੀ ਇਹ ਉਹਨੂੰ ਛੱਡ ਕੇ ਕਾਂਗਰਸ ਵਿੱਚ ਆ ਗਿਆ ਮਲੇਮ ਸਿੰਘ ਯਾਦਵ ਨੇ ਜਿਹੜੇ ਹਲਕੇ 'ਚ ਆਪਣੀ ਨੋ ਨੋ ਟਿਕਟ ਦਿੱਤੀ ਚੋਣ ਲੜਾਈ ਆ ਸਾਬਕਾ ਮੁੱਖ ਮੰਤਰੀ ਅਖਲੇਸ਼ ਸਿੰਘ ਯਾਦਵ ਉਦੋਂ ਅਜੇ ਰਾਜਨੀਤੀ 'ਚ ਨਹੀਂ ਸੀ ਆਇਆ ਇਹਦੀ ਪਤਨੀ ਨੂੰ ਟਿਕਟ ਦਿੱਤੀ ਤੇ ਉਹ ਡਿੰਪਲ ਨੂੰ ਉਸ ਡਿੰਪਲ ਦੇ ਮੁਕਾਬਲੇ ਰਾਜ ਬਬਰ ਖੜਾ ਹੋ ਗਿਆ ਜਿਹੜੇ ਮੁੱਖ ਮੰਤਰੀ ਮਲੇਮ ਸਿੰਘ ਦੇ ਨਾਲ ਮਿਲ ਕੇ ਰਾਜਨੀਤੀ 'ਚ ਉਭਰਿਆ ਸੀ ਉਸੇ ਦੀ ਨੋਨ ਨੂਨੇ ਚੋਣ 'ਚ ਹਾਰਤਾ ਇਹ ਪਾਰਲੀਮੈਂਟ ਮੈਂਬਰ ਬਣ ਗਿਆ ਅੱਛਾ ਫਿਰ ਉਹਦੇ ਤੋਂ ਬਾਅਦ ਅਗਲੀ ਚੋਣ ਦੇ ਵਿੱਚ ਰੇੜਕਾ ਹੀ ਪੈ ਗਿਆ ਕਿ ਸਮਾਜਵਾਦੀ ਪਾਰਟੀ ਸਰਕਾਰ ਸੀ ਉੱਥੇ ਟਰਨਿੰਗ ਅਫਸਰ ਦੇ ਕੋਲੇ ਦੀ ਪੇਸ਼ ਨਹੀਂ ਜਾਂਦੀ ਇਹ ਅੰਦਰ ਚਲਾ ਗਿਆ ਨੇ ਹਮਕੀ ਤੁਮਕੇ ਕਿਤੋਂ ਨਾ ਕੇਸ ਦਰਜ ਕਰਾਤਾ ਜੀ ਅੰਦਰ ਆਇਆ ਡਿਊਟੀ 'ਚ ਵਿਗਨ ਪਾਇਆ ਨੇ ਪੋਲਿੰਗ ਏਜੰਟਾਂ ਨਾਲ ਵੀ ਹੱਥੋਂ ਪਾਈ ਕੀਤੀ ਆ ਸਟਾਫ ਨਾਲ ਵੀ ਕੀਤੀ ਆ ਕੀਤਾ ਉਹ ਕੀਤਾ ਉਹ ਕੇਸ 1996 ਦਾ ਇਹਨਾਂ ਪੁਰਾਣਾ ਕੇਸ ਜੀ ਹੁਣ ਜਿਹੜਾ 26 ਸਾਲਾਂ ਬਾਅਦ ਉਹਨੂੰ ਸਜ਼ਾ ਹੋਈ ਹੈ ਹੋਈ ਕਿਉਂ ਕਿਉਂਕਿ ਜਿਹੜਾ ਮੜ ਮੜ ਕੇ ਮੁੱਦਾ ਉੱਠਦਾ ਸੀ ਕਿ ਪਾਰਲੀਮੈਂਟ ਚ ਅਪਰਾਧੀ ਤੱਤ ਬਹੁਤ ਹੋ ਗਏ ਨੇ ਉਹਦੇ ਉੱਤੇ ਪਿਛਲੇ ਤੋਂ ਪਿਛਲੇ ਸਾਲ ਸੁਪਰੀਮ ਕੋਰਟ ਨੇ ਆਖਿਆ ਸੀ ਇੱਕ ਐਮ ਐਲ ਏ ਐਮ ਪੀ ਕੋਰਟ ਬਣਾਓ ਉਹੜੀ ਐਮ ਪੀ ਐਮ ਐਲ ਏ ਕੋਰਟ ਆ ਜਿਹਦੇ ਚ ਲੀਡਰਾਂ ਦੇ ਅਪਰਾਧਿਕ ਕੇਸਾਂ ਦੇ ਨਿਬੜੇ ਹੋਣੇ ਆ ਇਹ ਕੇਸ ਉਹਦੇ ਚ ਲੱਗ ਗਿਆ ਜਿਹੜੇ ਚ ਨਾ ਲੱਗਦਾ 26 ਸਾਲ ਅੱਗੇ ਲੰਘ ਗਏ ਸੀ 26 ਹੋਰ ਲੰਘ ਜੇ ਉਹਨੇ ਚ ਉਹਨੂੰ ਕਿੰਨੇ ਪੁੱਛਣਾ ਸੀ ਪਰ ਇਹ ਕੇਸ ਉੱਥੇ ਲੱਗ ਜਾਣ ਕਰਕੇ ਮੇਰਾ ਖਿਆਲ ਪਹਿਲਾ ਜਾਂ ਦੂਜਾ ਕੇਸ ਹੈ ਜਿਹਦੇ 'ਚ ਸਜ਼ਾ ਹੋਈ ਆ ਇਹਦੇ 'ਚ ਉਹ ਪੁਰਾਣੀਆਂ ਗਵਾਹੀਆਂ ਸਾਰੀਆਂ ਭੁਗਤਗੀਆਂ ਉਸ ਵਕਤ ਦੇ ਅਫਸਰ ਵਗੈਰਾ ਸੀ ਉਹ ਉਦੋਂ ਵੀ ਗਵਾਹੀਆਂ ਦੇ ਚੁੱਕੇ ਸੀ ਮਾਮਲਾ ਕਿਸੇ ਪਾਸੇ ਲੱਗਦਾ ਨਹੀਂ ਸੀ ਇਹ ਸਿਆਸੀ ਤੌਰ ਤੇ ਦਬਾਇਆ ਸੀ ਹੁਣ ਇਹਨੂੰ 2 ਸਾਲ ਕੈਦ ਦੀ ਸਜ਼ਾ ਹੋ ਗਈ ਹੈ ਘੱਟ ਕੈਦ ਹੋਵੇ ਤੇ ਜ਼ਮਾਨਤ ਮਿਲ ਜਾਂਦੀ ਹੈ ਨਵਜੋਤ ਸਿੱਧੂ ਨੂੰ ਵੀ ਤੇ ਕੈਦ ਤੋਂ ਬਾਅਦ ਜ਼ਮਾਨਤ ਮਿਲ ਗਈ ਉਹ ਚੋਣਾ ਵੀ ਲੜਦਾ ਰਿਹਾ ਜਿੱਦਾਂ ਵੀ ਰਿਹਾ ਜਦੋਂ ਸੁਪਰੀਮ ਕੋਰਟ 'ਚੋਂ ਆਖਰੀ ਅਪੀਲ ਰੱਦ ਹੋ ਗਈ ਤੇ ਉਹਨੂੰ ਜੇਲ੍ਹ ਜਾਣਾ ਪਿਆ ਅੱਛਾ ਹੁਣ ਇਦੋਂ ਰਾਜਬਬਰ ਨੂੰ ਵੀ ਅਜੇ ਪਹਿਲੇ ਪੜਾ ਤੇ ਸਜ਼ਾ ਹੋਈ ਆ ਇਹਦੇ ਬਾਅਦ ਉਹ ਹਾਈ ਕੋਰਟ ਜਾਊਗਾ ਜੀ ਹਾਈ ਕੋਰਟ ਚ ਵੀ ਸਜ਼ਾ ਹੋਈ ਫਿਰ ਸੁਪਰੀਮ ਕੋਰਟ ਜਾਊਗਾ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਮਿਲਦੀ ਫਿਰ ਉਹਨੂੰ ਜੇਲ੍ਹ ਜਾਣਾ ਪੈ ਸਕਦਾ ਪਰ ਹਾਲ ਦੀ ਘੜੀ ਇਹ ਆ ਕਿ ਮੋਢਲੇ ਪੜਾ ਦੀ ਸਜ਼ਾ ਹੋਈ ਆ ਉਹ ਸਜ਼ਾ ਦੇ ਬਾਅਦ ਇਹਦੇ ਕੋਈ ਕਈ ਦਰਵਾਜ਼ੇ ਖੁੱਲ੍ਹੇ ਆ ਇਸ ਇੱਕ ਕੇਸ ਨੇ ਇਹ ਦੱਸ ਦਿੱਤਾ ਕਿ ਜੇ ਦੇਸ਼ ਦੀਆਂ ਅਦਾਲਤਾਂ ਕਾਰਵਾਈ ਕਰਨ ਤੇ ਆ ਜਾਣ ਤੇ ਜਿੰਨੇ ਵੱਡੇ ਬੰਦੇ ਤੜੇ ਫਿਰਦੇ ਆ ਬਹੁਤ ਆਪਣੇ ਆਪ ਨੂੰ ਫੰਨੇ ਖਾਸ ਸਮਝਿਆ ਕਾਨੂੰਨ ਦੇ ਸਾਹਮਣੇ ਸਭ ਆਉਣੇ ਹੋ ਸਕਦੇ ਆ ਸਵਾਲ ਇਹ ਆ ਕਿ ਅਦਾਲਤਾਂ ਕਾਰਵਾਈ ਕਰਨ ਨੂੰ ਤਿਆਰ ਆ ਕਿ ਨਹੀਂ ਤਿਆਰ ਜੀ ਸਵਾਲ ਇਹ ਆ ਕਿ ਜਿਹੜੇ ਗਵਾਹ ਨੇ ਉਹ ਭੁਗਤਣ ਨੂੰ ਤਿਆਰ ਆ ਕਿ ਨਹੀਂ ਤਿਆਰ ਇਹ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਆਸ ਕਰਨੀ ਬਣਦੀ ਆ ਕਿ ਕੁਝ ਹੋਰ ਡਰਨ ਵਿੱਚ ਜਾਵਾਂ ਉਹਨੀਆਂ ਪੰਛਤ ਰੂਸ ਜੁਕ੍ਰੇਨ ਦੇ ਜੁੱਧ ਤੋਂ ਬਾਅਦ ਹਾਲਾਤ ਬੜੀ ਤੇਜ਼ੀ ਨਾਲ ਬਦਲੇ ਆ ਇੱਕ ਪਾਸੇ ਅन्न ਦੀ ਕਮੀ ਹੈ ਤੇ ਦੂਸਰੇ ਪਾਸੇ ਭਾਰਤ ਸਰਕਾਰ ਨੇ ਆਟਾ ਤੇ ਆٹے ਤੋਂ ਬਣੀਆਂ ਹੋਈਆਂ ਚੀਜ਼ਾਂ ਵਿਦੇਸ਼ ਨੂੰ ਭੇਜਣ ਤੇ ਬੈਨ ਲਗਾ ਦਿੱਤਾ ਹੈ। ਇਹ ਖਬਰ ਨੂੰ ਕਿਵੇਂ ਦੇਦੇ ਅੰਤਰਰਾਸ਼ਟਰੀ ਪੱਧਰ ਤੇ ਦਬਾਇਆ ਜਾਂਦਾ ਹੈ ਇਹਦਾ ਪਿਛਲਾ ਕੋਈ ਹੋਰ ਕਾਰਨ ਲੱਗਦਾ। ਨਹੀਂ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਉੱਤੇ ਸੋ ਇਹ ਗੱਲ ਵਾਸਤੇ ਹੋਵੇਗਾ ਕਿ ਤੁਸੀਂ ਦਿਓ। ਜੀ। ਕਿਉਂਕਿ ਰੂਸ ਤੋਂ ਜਿਹੜੀ ਕਣਕ ਆਉਂਦੀ ਸੀ ਉਹ 13% ਦਿੰਦਾ ਸੀ ਬਾਕੀ ਸਾਰੀ ਦੁਨੀਆ ਦੀ ਜਿਹੜੀ ਸਪਲਾਈ ਹੁੰਦੀ ਐ ਐਕਸਪੋਰਟ ਹੁੰਦੀ ਉਹਦੇ ਵਿੱਚ। 13 ਅਮਰੀਕਾ ਨੂੰ ਦਿੰਦਾ 13% ਆਸਟ੍ਰੇਲੀਆ ਦਿੰਦਾ। 8% ਯੂਕਰੇਨ ਮੈਂ ਗੱਤਣ ਆਖਿਆ ਸੀ ਕਿ ਰੂਸ ਦੇ ਮੁਕਾਬਲੇ ਮੁਲਕੀ ਜੀ ਆ ਉਹ ਕਈ ਲੋਕਾਂ ਨੇ ਸਮਝਿਆ ਕਿ ਬਹੁਤ ਛੋਟਾ ਸਮਝ ਬਹੁਤ ਛੋਟਾ ਨਹੀਂ ਉਹ ਪਰ ਰੂਸ ਬਹੁਤ ਵੱਡਾ ਜੀ ਇਹ ਜਿਹੜਾ ਯੂਕਰੇਨ ਹੈ ਉਹਦੇ ਸਾਹਮਣੇ ਮੁਲਕੀ ਇਸ ਕਰਕੇ ਆ ਕਿ ਆਬਾਦੀ ਪੱਖੋਂ ਵੀ ਤੇ ਖੇਤਰਫਲ ਦੇ ਪੱਖੋਂ ਵੀ ਉਹਦੇ ਨਾਲੋਂ ਬਸ ਤੀਜਾ ਹਸਾ ਪਰ ਇਹ ਤੀਜਾ ਹਸਾ 8% ਦਿੰਦਾ ਸੀ ਉਹਦੇ ਪੱਖ ਤੋਂ ਫਿਰ ਰੂਸ ਨੂੰ ਚਾਹੀਦਾ 20% ਦੇਣਾ ਚਾਹੀਦਾ ਜੀ ਰੂਸ 13% ਦਿੰਦਾ ਸੀ ਇਹ 8% ਦਿੰਦਾ ਸੀ ਇਹ ਜੰਗ ਚ ਉਲਝ ਗਿਆ ਤੇ ਹੁਣ ਰਿਆਈ ਕੱਖ ਨਹੀਂ ਵਿਚਾਰ ਦੇਣ ਸਪਲਾਈ ਕਰਨਾ ਬਾਅਦ ਆਪਣੇ کارਖਾਨਾ ਨੂੰ ਉਹ ਕਿ ਰੂਸ ਵਾਲਿਆਂ ਨੇ ਸਪਲਾਈ ਰੋਕੀ ਪਈ ਆ ਉਹਨਾਂ ਦੇ ਕਿਉਂਕਿ ਜਹਾਜ਼ ਪਾਬੰਦੀਆਂ ਲੱਗੀਆਂ ਜਾ ਨਹੀਂ ਸਕਦੇ ਭਾਰਤ ਨੇ ਪਹਿਲਾਂ ਕਣਕ ਬਾਹਰ ਭੇਜਣੀ ਬੰਦ ਕਰਤੀ ਸੀ ਫਿਰ ਇਹ ਫੈਸਲਾ ਆ ਪਿਛਲੇ ਉੱਤੇ ਕਿ ਜਿਹੜੇ ਜਿਹੜੇ ਪੁਰਾਣੇ ਕੰਟ੍ਰੈਕਟ ਆ ਉਹਨਾਂ ਦੇ ਉੱਤੇ ਤੁਸੀਂ ਕਣਕ ਭੇਜਣੀ ਸ਼ੁਰੂ ਕਰ ਦਿਓ ਹੁਣ ਸਾਡੇ ਭਾਰਤ ਦੇ ਵਪਾਰੀ ਭਾਵੇਂ ਭਾਰਤ ਦੇ ਅੰਦਰ ਤੇ ਭਾਵੇਂ ਭਾਰਤ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੇ ਹੋਣ ਮੜਾ ਜਾ ਇੱਕੋੜਾ ਪੰਜਾਬੀ ਦਾ ਮੁਹਾਵਰਾ ਨਾ ਕਿ ਪੈਰ ਰੱਖਣ ਨੂੰ ਥਾਂ ਦਿਓ ਖਲੋਣ ਜੋਗੀ ਥਾਂ ਹੀ ਬੜਾ ਲੈਣੇ ਖਲੋਣ ਦੀ ਥਾਂ ਦਿਓ ਬੈਣ ਦੀ ਅਸੀਂ ਬਣਾ ਲੈਣੀ ਬੈਣ ਦੀ ਥਾਂ ਦਿਓ ਲੰਮੇ ਪੈਣ ਜੋਗੀ ਤੇ ਅਸੀਂ ਆਪੇ ਬਣਾ ਲੈਣੀ ਜੀ ਇਹ ਭਾਰਤ ਦੇ ਵਪਾਰੀ ਦੇਸ਼ ਦੇ ਅੰਦਰ ਵੀ ਤੇ ਬਾਹਰ ਵੀ ਇਹੋ ਕੁਝ ਕਰਦੇ ਆ ਇਹਨਾਂ ਨੇ ਹੁਣ ਕੇ ਕੀਤਾ ਕਿ ਮੜ ਜੀ ਕਣਕ ਦੀ ਖੁੱਲ ਮੇਲੀ ਤੇ ਬਾਕੀ ਵੀ ਸੋਕ ਭੇਜਣਾ ਸ਼ੁਰੂ ਕਰਤਾ ਭਾਰਤ ਸਰਕਾਰ ਨੇ ਆਖਿਆ ਇਦਾਂ ਅਨਿਵਾਰ ਨਹੀਂ ਚੱਲਣਾ ਆ ਤੁਸੀਂ ਆਟਾ ਵੀ ਬਾਕੀ ਵੀ ਸਭ ਕੁਝ ਭੇਜ ਜਾਨੇ ਆ ਦੇਸ਼ ਦੇ ਅੰਦਰ ਵੀ ਅਨਾਜ ਚਾਹੀਦਾ ਕੱਲ ਕੁਝ ਪਾਬੰਦੀਆਂ ਭਾਰਤ ਸਰਕਾਰ ਨੇ ਲਾਈਆਂ ਨੇ ਉਹ ਲਾਈਆਂ ਇਸ ਕਰਕੇ ਆ ਕਿ ਦੇਸ਼ ਦੇ ਅੰਦਰ ਖਪਤਕਾਰ ਜਿਨ੍ਹਾਂ ਨੇ ਅਨਾਜ ਖਣਾ ਜਿਨ੍ਹਾਂ ਕੋਲ ਹੈ ਨਹੀਂ ਕੁਝ ਇਹਨਾਂ ਨੂੰ ਸਰਕਾਰ ਨੇ ਵੀ ਸਪਲਾਈ ਕਰਨਾ ਉਹਦੇ ਵਾਸਤੇ ਵੀ ਕੋਈ ਚਾਹੀਦਾ ਮੈਂ ਸਮਝਦਾ ਜਿਹੜੀਆਂ ਪਬੰਦੀਆਂ ਕੁਝ ਲਾਈਆਂ ਨੇ ਉਹ ਦੇਸ਼ ਹਿੱਤ ਵਿੱਚ ਲਾਉਣੀਆਂ ਵੀ ਜ਼ਰੂਰੀ ਸੀ ਤੇ ਜੇ ਲਾ ਦਿਤੀਆਂ ਨੇ ਤੇ ਕੋਈ ਗਲਤ ਨਹੀਂ ਕੀਤਾ ਇਹਦੇ ਤੋਂ ਬਾਅਦ ਅਗਲਾ ਕੰਮ ਇੱਕੋ ਰਹਿ ਜਾਂਦਾ ਕਿ ਇਹਨਾਂ ਉੱਤੇ ਉਹਨਾਂ ਚਿਰ ਤੱਕ ਪੈਰਾ ਦਿੱਤਾ ਜਾਵੇ ਜਦ ਤੱਕ ਸਰਕਾਰ ਕੋਈ ਨਵਾਂ ਫੈਸਲਾ ਨਹੀਂ ਕਰੇ ਜੀ ਪੰਨੂ ਸਾਹਿਬ ਚਲੋ ਅਗਲਾ ਕੰਮ ਦੇਖਦੇ ਕਿਹੜਾ ਹੋਏਗਾ ਸਾਡੇ ਅੱਗੇ ਵੱਲੋਂ ਜਾਣ ਦਾ ਵੇਲਾ ਆ ਗਿਆ ਤੁਸੀਂ ਖਬਰਾਂ ਤੇ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਣਾ ਮੈਨੂੰ ਨਜੀਦ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਇਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ